ਹੜੀ ਇਹ ਜੇ 5 6 7 ਤਰ੍ਹਾਂ ਦੇ ਹੋਣਗੇ ਉਹਦੇ ਕੁਆਲਿਟੀ ਬਣਾ ਲੈ ਹਨਾ ਐ ਗਏ ਆਲੂ ਲੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਦੀਪ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗਸ ਤੇ ਕਿੱਥੇ ਜਾਣਾ ਤੁਹਾਨੂੰ ਰੋਕ ਕੇ ਦੱਸਦਾ ਉਹ ਯਾਰਾ ਦੇਖ ਆਏ ਦੇਖੋ ਪੈਂਟ ਬੂਟ ਪਾਈ ਫਿਰਦੇ ਆ ਚੱਪਲਾਂ ਲੋਅਰ ਘਰ ਵਾਲੇ ਕੱਪੜੇ ਪੈਂਟ ਹੈਗੀ ਪਾਇਆ ਪਰਨਾ ਹੀ ਰੱਖ ਪਾਇਆ ਪੈਂਟ ਪਰਨਾ ਹੀ ਰੱਖ ਚਲੋ ਖੁੱਲੀ ਪੈਂਟ ਜਿਹੜੀ ਵਿਆਹ ਨੂੰ ਲਈ ਸੀ ਕਾਲੂ ਦੇ ਓਹੋ ਹੈ ਹਾਂ ਉਹ ਤੇ ਗਰਮੀ ਨਹੀਂ ਆਊਗੀ ਗਰਮੀ ਸਾਨੂੰ ਨਹੀਂ ਗਰਮੀ ਆਊ ਉੱਥੇ ਏਸੀ ਆ ਇਹ ਮੈਨੂੰ ਲੱਗ ਰਿਹਾ ਡੈਸਕ ਨਹੀਂ ਆਇਆ ਵੀ ਮੈਂ ਫਿਲਮ ਦੇਖਣ ਚੱਲੇ ਆ ਨਾ 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 ਆ ਗੱਲ ਆ ਮੈਨੂੰ ਸਾਲਾ ਸੱਦਾ ਦੱਸ ਦੇਖੋ ਜੀ ਮੈਂ ਤੁਹਾਨੂੰ ਦੱਸ ਰਹੀ ਕਿੱਥੇ ਚੱਲੇ ਆ ਤੇ ਅਸੀਂ ਚੱਲੇ ਅਸੀਂ ਖੰਨੇ ਤੇ ਖੰਨੇ ਅੱਜ ਸੱਚ ਉੱਥੇ ਲੱਗੀ ਆ ਕੈਰੀ ਔਨ ਜੱਟਾ 3 ਦਾ ਮਿਲਖਾ ਜ਼ਿਆਦਾਤਰ ਵਿਹਲਾ ਨਹੀਂ ਹੁੰਦਾ ਸੋ ਇਹ ਕੀ ਵਿਹਲਾ ਹੋਇਆ ਚਲੋ ਜੀ ਮਿਲਖਾ ਆਖਰਕਾਰ ਮੰਨ ਨਹੀਂ ਗਿਆ ਮੰਨ ਗਿਆ ਮੰਨ ਗਿਆ ਤੇ ਹਾਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਸੀਨ ਕੀ ਆ ਦੇਖੋ ਕੱਲ ਪਰਸ ਦਾ ਮਿਲਖਾ ਕਹਿੰਦਾ ਵੀ ਮੈਂ ਕਦੇ ਸਿਨੇਮੇ 'ਚ ਨਹੀਂ ਗਿਆ ਵੀ ਫਿਲਮ ਨਹੀਂ ਦੇਖੀ ਕਦੇ ਤੇ ਹੁਣ ਇਹਦੀ ਫੇਵਰੇਟ ਮੈਨੂੰ ਢਿੱਲੋਂ ਦੀ ਫਿਲਮ ਕੈਰੀ ਔਨ ਜੱਟਾ 3 ਆ ਜਿਹੜੀ ਉਹ ਆਈ ਹੋਈ ਆ ਤੇ ਮਿਲਖਾ ਬੜਾ ਹੀ ਉਤਸ਼ਾਹਿਤ ਹੋਇਆ ਪਿਆ ਸੀਗਾ ਵੀ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਸੋ ਅੱਜ ਅਸੀਂ ਫਿਰ ਸਲਾਹ ਬਣਾਈ ਆ ਤੇ ਵੀ ਚੱਲਦੇ ਆ ਤੇ ਫਿਰ ਇਹ ਕੱਪੜੇ ਮੈਂ ਪਾ ਕੇ ਨਹੀਂ ਆਇਆ ਕੱਪੜਾ ਮੈਂ ਵੀ ਪਾਇਆ ਦੇਖੋ ਘਰ ਵਾਲੀ ਪਾਈ ਹੋਈ ਆ ਬਸ ਕਹਿੰਦੀ ਪੈਂਟ ਤੇ ਬੂਟ ਪਾਇਆ ਇੱਕ ਪੱਗ ਬੰਨੀ ਆ ਹੁਣ ਆਹ ਘਰ ਵਾਲੀ ਪਾਲੀ ਸੀਗੀ ਮੈਂ ਵੀ ਪੈਂਟ ਪਾਲੀ ਪਾਉਣਾ ਆਉਂਦੇ ਹੋਏ ਲੈ ਕੇ ਆਣੀ ਪੂਰੇ ਯਾਰ ਹੋਇਆ ਪਿਆ ਪੂਰੇ ਕਿੱਥੇ ਹੈ ਹਲਾ ਇਹ ਜੇ ਕੱਪੜੇ ਡੇਲੀ ਥੋੜੀ ਪਾਉਣਾ ਮੈਂ ਡੇਲੀ ਵਾਲਾ ਪਾਉਣਾ ਦੇਖ ਮੈਂ ਵੀ ਨਵੀਂ ਪਾ ਕੇ ਆਵਾਂ ਸ਼ਲਟ ਯਾਰ ਵਧੀਆ ਨਹੀਂ ਲੱਗਦੀ ਆ ਮੱਚੀ ਜੀ ਪਈ ਆ ਹਨਾ ਤੇ ਲੋਈ ਫਿਰ ਆਉਂਦਾ ਮਿਲਖਾ ਤੇ ਫਿਰ ਤੁਹਾਨੂੰ ਦੱਸਦੇ ਆ ਵੀ ਕੀ ਮਾਹੌਲ ਚੱਲ ਰਿਹਾ ਉਹਦਾ ਉਹਨੂੰ ਕਿਹੋ ਜਿਹਾ ਲੱਗਾ ਪਹਿਲੀ ਵਾਰ ਤੇ ਮੇਰੇ ਵਾਲਾ ਬੁਲਟ ਤਾਂ ਜਾਣ ਸਾਰਾ ਤੁਹਾਨੂੰ ਪਤਾ ਚਲਾਂ ਜੋ ਗਿਆ ਤਾਂ ਸੁੱਕਾ ਨਹੀਂ ਮੁੜਦਾ ਤੇ ਪਲਟੀਨੇ ਤੇ ਜਾ ਰਿਹਾ ਵੀ ਮੰਤਰ ਜਲਦੇ ਚਲੋ ਜੀ ਮਿਲਖਾ ਆ ਗਿਆ ਮਿਲਖਾ ਸਾਨੂੰ ਫਿੱਕੀ ਕਰਦਾ ਦੇਖੋ ਕੁੜਦਾ ਪਿਆ ਮੈਂ ਤੁਸੀਂ ਜਲਸਾ ਜਲਸਾ ਹੀ ਹੈ ਜਲਸਾ ਮਿਲਖੇ ਨੂੰ ਕਿ ਤਿਆਰ ਹੋਣ ਨੂੰ ਕਿਹਾ ਸੀ ਬਾਹਲੀ ਤਿਆਰ ਹੋਇਆ ਆ ਹਾਂ ਤਾਂ ਤਿਆਰ ਹੋਣ ਨੂੰ ਤਾਂ ਵਿਆਹ ਜੰਨਾ ਤਿਆਰ ਹੋਇਆ ਇਹ ਗੱਲ ਯਾਰ ਗਲਤ ਆ ਬਸ ਗਰਮੀ ਆ ਪੈਂਟ ਚ ਨੂੰ ਗਰਮੀ ਹੋਣੀ ਸੀ ਪਹਿਲੀ ਭਿੱਜਿਆ ਪੈਂਟ ਚ ਨੂੰ ਗਰਮੀ ਹੋਣੀ ਸੀ ਕਿ ਹੁਣ ਬਟਨ ਵੀ ਲਵਾ ਦੋ ਦਾ ਤਾਂ ਚੱਲ ਚਲਾ ਹੁਣ ਮਿਲਖਾ ਚਲਾ ਉਹਦੇ ਕਿਸੇ ਤੇ ਜਾਂਦੇ ਆ ਨਹੀਂ ਚੱਲਣਾ ਕਿਆ ਮਿਲਖੇ ਦਾ ਸੱਟ ਲੱਗੀ ਹੋਈ ਆ ਨਾ ਨਾ ਮੈਨੂੰ ਮੋਟਰਸਾਈਕਲ ਮੈਂ ਨਹੀਂ ਤੂੰ ਕਿਆ ਮਿਲਖੇ ਦਾ ਸੱਟ ਲੱਗੀ ਆ ਹੋਰ ਮਿਲਖੇ ਦਾ ਸੱਟ ਲੱਗੀ ਹੋਈ ਬਸ ਉਹ ਫਿਲਮ ਦੇਖਣ ਨੂੰ ਹੋਣੀ ਹੁੰਦਾ ਫਿਲਮ ਕਿ ਆ ਕੀ ਕਹਿਣ ਲੱਗੇ ਚੱਲ ਚਲੋ ਦੁਆਨ ਸੁਣ ਚੱਲਿਆ ਅਦ ਇਹ ਫਿਲਮ ਨੂੰ ਬਦਨਾਮ ਕਰੀ ਜਾਂਦੇ ਹੋ ਦੇਖਣ ਦੁਆਨ ਚੱਲਿਆ ਨਾ ਆਹੋ ਦੁਆਨ ਸੁਣਨ ਦੇਖਣ ਨੂੰ ਦੁਆਨ ਸੁਣਨ ਚੱਲਿਆ ਮਤਲਬ ਓਏ ਐਂ ਕਿ ਕਹਦਾ ਡੰਗਾ ਦੇਖੋ ਲੰਗੂਰ ਹੈ ਵੀ ਮੋਟਰ ਨੇ ਕਿਵੇਂ ਚੜਦਾ ਚੱਲ ਚੱਲੀਏ ਹੁਣ ਸੀ ਬਹਿਨੇ ਆਈ ਫਿਰ ਜਾ ਕੇ ਖੰਨੇ ਮਿਲਦਾ ਤੁਹਾਨੂੰ ਟਾਈਮ ਨਾਲ ਤਿਆਰ ਹੋ ਜਾਂਦੇ ਨਾ ਵੈਸੇ ਸਾਡਾ ਸ਼ੋਅ ਸਾਡਾ ਸ਼ੋਅ 12:15 ਸੀਗੀ ਪਰ ਹੁਣ ਅਸੀਂ ਲੇਟ ਲੂਟ ਹੋ ਗਏ ਹੁਣ 2 ਵਜੇ ਦੇ 2 ਵਜੇ ਵਾਲਾ ਦੇਖਾਂਗੇ ਤੇ ਚਲੋ ਚੱਲਦਾ ਚੱਲੀਏ ਯੈਸ ਆ ਦੇਖੋ ਮੁਰੇ ਮੋਟਰਸਾਈਕਲ ਦੇ ਬੁਲਟ ਵਾਲਾ ਸੈਂਸਰ ਲੱਗਿਆ ਹੋਇਆ ਪਤਾ ਨਹੀਂ ਆਵਾਜ਼ ਸੁਣਦੀ ਪਤਾ ਨਹੀਂ ਪਰ ਲੋਕ ਵੀ ਸਾਰੇ ਕਰਾ ਜਾਂਦੇ ਨੇ ਕਦੇ ਕਦੇ ਤਾਂ ਚਲੋ ਜੀ ਹੁਣ ਲੱਗੇ ਸਾਨੂੰ ਭੁੱਖ ਕਿਉਂਕਿ ਅਸੀਂ ਘਰੋਂ ਰੋਟੀ ਖਾ ਕੇ ਨਹੀਂ ਆਏ ਤੇ ਉੱਥੇ ਨਾਲ ਲੱਗੇ ਸੋ ਵਧੀਆ ਉਹਦੇ ਕੋਲ ਖਾ ਪੀ ਕੇ ਚੱਲਦੇ ਹਾਂ ਪੈਟੀ ਪੂਟੀ ਪੈਟੀਆਂ ਦੇਖੋ ਜੀ 1 2 3 4 5 ਇੰਨੀਆਂ ਪੈਟੀਆਂ ਕਰਾ ਲਈਆਂ ਚੱਲ ਚੱਕ ਤਿੰਨੇ ਜਾਣੇ ਆ ਚੱਕੇ ਨੂੰ ਉੱਥੇ ਲੈ ਜਾ ਮੇਰੇ ਹੱਥ ਦੇਖ ਲਓ ਹੱਥ ਲਿਬੜੇ ਪਏ ਨੇ ਵਲੌਗ ਬਣਾਓ ਇਹਦੇ ਤਾਂ ਹੀ ਸਿੱਖਿਆ ਬਣਾਉਣਾ ਚਲੋ ਜੀ ਪੈਕਟ ਤਾਂ ਅਸੀਂ ਖਾ ਲਈ ਪਰ ਸਾਨੂੰ ਲੱਲੂ ਮੋੜ ਦਾ ਫੋਨ ਆਇਆ ਕਹਿੰਦਾ ਮੈਂ ਵੀ ਫਿਲਮ ਦੇਖਣੀ ਇਹਨੂੰ ਕੱਲ੍ਹ ਪੁੱਛਿਆ ਸੀਗਾ ਅਤੇ ਕੱਲ੍ਹ ਤਾਂ ਉਹ ਨਾ ਮੰਨਣ ਨਹੀਂ ਰਿਹਾ ਸੀਗਾ ਅਤੇ ਅੱਜ ਨੂੰ ਫੋਨ ਕੀਤਾ ਚੱਕਿਆ ਨਹੀਂ ਅਤੇ ਹੁਣ ਕਹਿੰਦਾ ਮੈਂ ਵੀ ਦੇਖਣੀ ਹੁਣ ਆ ਰਿਹਾ ਉਰੇ ਫਿਰ ਉਹਨੂੰ ਵੀ ਨਾਲ ਦਿਖਾ ਲੈਣ ਹੋਰ ਕੀ ਆ ਇਹ ਕਿਹੋ ਜਿਹੀ ਗੱਲ ਕਰਦਾ ਉਹਨੂੰ ਚਲਾਏਗਾ ਤੂੰ ਹੀ ਹੁਣ ਸੱਦਾ ਉਹ ਚਲਾ ਦੇ ਗਰਮੀਆਂ ਖੋਲ ਲਾ ਸਾਰੇ ਆਹ ਵੀ ਖੋਲ ਉਹ ਇਹਦਾ ਵਾਲੇ ਖੁੱਲ ਗਿਆ ਜਲਸਾ ਹੀ ਖੁੱਲ ਗਿਆ ਅੱਜ ਆਹ ਲਾ ਲਾ ਬਸ 2 ਖੋਲ ਲਾ ਹਵਾ ਲੱਗੂ ਮਾੜੀ ਮੋਟੀ ਲਓ ਜੀ ਸਾਨੂੰ ਇੱਥੇ ਪਰਚੀ ਪੁਰਚੀ ਕਿਸੇ ਨੇ ਪੁੱਛੀ ਹੋਈ ਆ ਕਿ ਸਦਾ ਅਸੀਂ ਆ ਕੇ ਪਾਰਕਿੰਗ 'ਚ ਮੋਟਰ ਨੇ ਖੜਾਤਾ ਹੁਣ ਜਾ ਕੇ ਉੱਥੇ ਬਹਿਣੇ ਆ ਆ ਜਾਓ ਚਲੋ ਜੀ ਸਿਨੇਮੇ ਤੋਂ ਪਹੁੰਚ ਗਏ ਸੀਗੇ ਪੀ ਵੀ ਆ ਦੇਖੋ ਸਿਰਫ ਟਿਕਟ ਲੈਣ ਲੱਗੇ ਨੇ 1200 ਰੁਪਏ ਮੈਂ ਕਿਹਾ ਆਨਲਾਈਨ ਤਾਂ ਸਸਤੀ ਹੈ ਕਹਿੰਦੇ ਆਨਲਾਈਨ ਸਸਤੀ ਆ ਫਿਰ ਮੈਂ ਆਨਲਾਈਨ ਬੁੱਕ ਕੀਤੀਆਂ ਨੇ ਹੁਣ ਉਰੇ ਆ ਕੇ ਅਤੇ ਸਾਨੂੰ 200 ਰੁਪਏ ਦਾ ਫਰਕ ਪੈ ਗਿਆ ਚਲੋ ਦੇਖੋ ਕਿੰਨੇ ਸਾਰੇ ਸੀਗੇ ਮੱਛਰ ਮੱਖੀਆਂ ਹੈਗੇ ਭੁਮੱਕੜ ਨੇ ਬਾਰੇ ਹੋ ਗਿਆ ਮੇਰੇ ਪਾਏ
ਜਦ ਮਾਡਲ ਦੀ ਡੀ ਕਰਦੇ ਸੀਗੇ ਮੈਂ ਕਿਹਾ ਚੱਲ ਆਪਾਂ ਅੰਦਰ ਚੱਲੀਏ ਜਦ ਆਉਣਾ ਹੁਣ ਆ ਜੂਗਾ ਹੁਣ ਬਾਹਰੋਂ ਬੁਲਾ ਲਾਂਗੇ ਅਸੀਂ ਮਾਡਲ ਨੂੰ ਮਤਲਬ ਕਹਿੰਦਾ ਤਾਂ ਜੰਨਤ ਦੇ ਪੁੰਜ ਜਦੇ ਬਾਹਰੇ ਖੜੇ ਸੀ ਅਸੀਂ ਅਪ ਸ਼ਬਦ ਵੀ ਕਹੇ ਜਿਹੜੇ ਮੈਂ ਦੱਸ ਨਹੀਂ ਸਕਦਾ ਦੇਖ ਲਓ ਸ਼ਰਮ ਇਹ ਜਾਂਦਾ ਚੜਮਾ ਇਹ ਤੂੰ ਵੀ ਨਹੀਂ ਨਾ ਸਾਨੂੰ ਇਹ ਜਾਂਦਾ ਚੜਮਾ ਇਹ ਜਾਂਦਾ ਨੌ ਮੇਰੇ ਗਏ ਲੈ ਨੌ ਮੇਰੇ ਵੀ ਚਲੇ ਗਏ ਨੌ ਨੌ ਮੇਰੇ ਦੇਖੋ ਸਤਿ ਸ੍ਰੀ ਅਕਾਲ ਮਾੜੀ ਡਾਲਾ ਹੋਏ ਮਾੜੀ ਨੈਕਸਟ ਡੇ ਤੇ ਕੱਲ ਨਾ ਮੇਰੀ ਸਲਾਹ ਸੀਗੀ ਖਾਣ ਪੀਣ ਤੋਂ ਬਾਅਦ ਅਸੀਂ ਨਾ ਮੋਟਰਸਾਈਕਲ ਮਾੜਾ ਜਿਹਾ ਕੰਮ ਜਿਹਾ ਕਰਾਉਣਾ ਸੀਗਾ ਤੇ ਪਰ ਮੇਰਾ ਫੋਨ ਡਾਊਨ ਹੋ ਗਿਆ ਉਸ ਤੋਂ ਬਾਅਦ ਵੀਡੀਓ ਬਣਨੀ ਸੀਗੀ ਤੇ ਮੈਂ ਕਿਹਾ ਜੇ ਹੁਣ ਮੈਂ ਮੋਟਰ ਦਾ ਕੰਮ ਕਰਾਂ ਬਿਨਾਂ ਵੀਡੀਓ ਤੋਂ ਫਿਰ ਸਵਾਦ ਜਿਹਾ ਨਹੀਂ ਆਉਣਾ ਕਿ ਤੁਹਾਨੂੰ ਦਿਖਾਉਣਾ ਵੱਧ ਜ਼ਰੂਰੀ ਆ ਐਂ ਤਾਂ ਵੈਸੇ ਬਾਅਦ 'ਚ ਦਿਖਾ ਹਾਂ ਮੈਂ ਹਾਹਾ ਹਾਹਾ ਕਰਾਇਆ ਪਰ ਮੈਂ ਕਿਹਾ ਚਲੋ ਹੁਣ ਆਪਾਂ ਦੁਕਾਨ 'ਤੇ ਚੱਲਦੇ ਹਾਂ ਹੁਣ ਦੂਜਾ ਦਿਨ ਹੋ ਗਿਆ ਅਤੇ ਅੱਜ ਦੇਖਦਾ ਮਾੜਾ ਮੋਟਾ ਇੱਕ ਤਾਂ ਮੈਂ ਸੋਚੀ ਇੱਕ ਆਊਲ ਵਾਲੀ ਲਾਈਟ ਹੀ ਆਈ ਯਾਰ ਨਵੀਂ ਉਹ ਦੇਖ ਦਿੰਦਾ ਲਵਾ ਕੇ ਜੇ ਸਹੀ ਲੱਗੀ ਅਤੇ ਬਾਕੀ ਯਾਰ ਕਾਹ ਆਵਾਜ਼ ਨਹੀਂ ਸਹੀ ਹੈਗਾ ਆਪਣਾ ਆਹ ਦੇਖੋ ਰੋਖੜਦਾ ਜਿਹਾ ਇਹਦਾ ਵੀ ਕੋਈ ਹੱਲ ਕਰਨਾ ਯਾਰ ਕਿਉਂਕਿ ਜਿਹੜੀ ਚੀਜ਼ ਚਾਹੀਦੀ ਆਪਾਂ ਨੂੰ ਪਰਫੈਕਟ ਚਾਹੀਦੀ ਆ ਜੇ 1% ਵੀ ਦਿੱਕਤ ਆ ਤਾਂ ਫਿਰ ਆਪਾਂ ਨੂੰ ਬਸ ਨਹੀਂ ਚਾਹੀਦੀ ਉਹ ਅਤੇ ਇੱਕ ਹੋਰ ਬੜੇ ਕਮੈਂਟ ਆਏ ਸੀਗੇ ਵੀ ਤੁਸੀਂ ਹੁਣ ਲਾਈ ਵੀਲ ਬਲੈਕ ਕੀਤੇ ਨੇ ਦੇਖੋ ਟਾਇਰ ਨਹੀਂ ਸਾਫ਼ ਹੈਗੇ ਪਰ ਅਤੇ ਵੀ ਹੁਣ ਬਲੈਕ ਐਡੀਸ਼ਨ ਵਿੱਚ ਆ ਵੀ ਦੁਬਾਰਾ ਕਿਹੜਾ ਬਲੈਕ ਕਰੋ ਲੀਕ ਤਾਂ ਫਿਰ ਹੀ ਟਾਇਰ ਤਾਂ ਨਹੀਂ ਫੇਰ ਸਕਦਾ ਨਾ ਅਤੇ ਕਹਿੰਦੇ ਵੀ ਆਹ ਵੀ ਚੀਜ਼ ਬਲੈਕ ਕਰੋ ਐਤਕੀ ਆਪਾਂ ਮੈਟ ਬਲੈਕ ਕਰਾ ਕੇ ਦੇਖਾਂਗੇ ਪਿਛਲੀ ਵਾਰ ਕਰਾਈ ਸੀ ਸੋਹਣੀ ਨਹੀਂ ਲੱਗੀ ਸੀਗੀ ਐਤਕੀ ਦੇਖਾਂਗੇ ਸਹੀ ਲੱਗੂ ਰੱਖ ਲਾਂਗੇ ਨਹੀਂ ਪੱਟ ਲਾਂਗੇ ਫਿਲਹਾਲ ਹੀ ਜਾ ਰਹੇ ਹਾਂ ਚੱਲੀਏ ਮੌਸਮ ਤਾਂ ਹਾਂ ਆਹੀ ਫਾਇਦਾ ਇਹਦਾ ਮੌਸਮ ਨਹੀਂ ਡਰਾਉਂਦਾ ਮੌਸਮ ਘੈਂਟ ਲੱਗਦਾ ਸੋਰੀ ਸੱਚ ਅਤੇ ਹੁਣ ਚਲੋ ਚੱਲਦੇ ਹਾਂ ਦੇਖੋ ਇਹੋ ਜਿਹਾ ਮੌਸਮ ਲਾ ਦਿਓ ਦੇਖੋ ਬੱਦਲ ਧੁੱਪ ਚਲੋ ਜੀ ਮੈਂ ਤਾਂ ਚੁੱਪੂ ਜਾ ਰਹੀ ਸੀ ਇਹਨਾਂ ਨੂੰ ਪੁੱਛਿਆ ਜਾਣਾ ਇਹ ਨਾ ਨਾ ਕਰਦੇ ਜੇ ਚਲੋ ਫਿਰ ਬਾਹਲੀ ਨਹੀਂ ਕਰ ਚਲੋ ਜੀ ਬਿਨਾਂ ਖਾਧੀ ਪੀਤੀ ਮਿਲਖਾ ਤਿਆਰ ਹੋ ਗਿਆ ਚਲੋ ਸਾਡੇ ਨਾਲ ਇੱਕ ਬੰਦਾ ਹੋਰ ਵਧਿਆ ਵਧੀਆ ਹੀ ਹੋ ਗਿਆ ਇਹ ਅਤੇ ਇੱਕ ਹੋਰ ਨਿੱਕੀ ਮੋਟੀ ਚੀਜ਼ ਜਿਵੇਂ ਕਿ ਆਪਾਂ ਜਦੋਂ ਮੋਟਰ ਨਾਲ ਧੋਣੇ ਹੈ ਨਾ ਇਹਦੇ ਵਿੱਚ ਉਰੇ ਪਾਣੀ ਜਾਂਦਾ ਇੱਕ ਇਹ ਵੀ ਢੱਕਣ ਜਿਹਾ ਬੰਦ ਕਰਾਉਣੇ ਨੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੀ ਕਰਾਉਣੀਆਂ ਨੇ ਅਤੇ ਸੋਚਦਾ ਯਾਰ ਆਪਾਂ ਉਹ ਤੁਹਾਨੂੰ ਪਤਾ ਸਰਕਾਰੀ ਤੋਂ ਬਿਨਾਂ ਚੱਲਣਾ ਨਹੀਂ ਹੈਗਾ ਆਪਣਾ ਤਾਂ ਨੰਬਰ ਪਲੇਟ ਵੀ ਨਹੀਂ ਹੈਗੀ ਦੇਖਦੇ ਹਾਂ ਹੈਗੀ ਨੰਬਰ ਪਲੇਟਾਂ ਤਾਂ ਆਪਾਂ ਘਰੇ ਪਈਆਂ ਨੇ ਰੀਲਾਂ ਕਰਕੇ ਆਪਾਂ ਯਾਰ ਪਾ ਨਹੀਂ ਰਹੇ ਵੈਸੇ ਆਪਾਂ ਜਾ ਵੀ ਲਿਆ ਹੁਣ ਆਪਾਂ ਖੰਨੇ ਜਾਂਦੇ ਹੁਣ ਤੁਹਾਡਾ ਚਲਾਨ ਹੋ ਸਕਦਾ ਸੋ ਤਾਂ ਹੀ ਮੈਂ ਤੁਹਾਨੂੰ ਰਿਕਮੈਂਡ ਕਰਦਾ ਹੁੰਦਾ ਵੀ ਜਿਹੜੀ ਚੀਜ਼ ਆਪਾਂ ਕਰਦੇ ਹਾਂ ਕੋਈ ਟਰਾਈ ਨਾ ਕਰਿਓ ਆਪਾਂ ਸਿਰਫ ਐਂਟਰਟੇਨਮੈਂਟ ਲਈ ਕਰਦੇ ਹੁੰਦੇ ਹਾਂ ਜੀ ਵੀ ਤੁਹਾਨੂੰ ਵਧੀਆ ਲੱਗੇ ਪਰ ਤੁਸੀਂ ਇਹ ਪਿੱਛੇ ਨਾ ਪਵੋ ਵੀ ਅਸੀਂ ਵੀ ਇੱਕ ਨੇ ਕਰਨਾ ਤੁਹਾਡੇ ਕਰਕੇ ਤੁਹਾਡਾ ਚਲਾਨ ਹੋਊ ਤੁਹਾਡਾ ਨੁਕਸਾਨ ਹੋਊ ਮੇਰੇ ਤਾਂ ਕੀ ਜਾਣਾ ਕਿਵੇਂ ਮੂਸੇ ਗੇੜਾ ਜਾਵਾਂਗੇ ਸੀਗਾ ਗਰਮੀ ਵੱਧਦਾ ਮੱਠਾ ਖੜਿਆ ਸਹੀ ਜਿਹਾ ਹੋ ਕੇ ਜਾਇਆ ਜੀ ਬੜਾ ਕੀ ਫੋਨ ਟੁੱਟ ਗਿਆ ਦੇਖ ਜੇ ਫੋਨ ਨਾ ਜ਼ੋਰ ਚ ਡਿੱਗੇ ਐ ਲਾ ਟੁੱਟ ਗਿਆ ਟੁੱਟਦਾ ਨਹੀਂ ਹੁੰਦਾ ਜੇ ਆਰਾਮ ਨਾਲ ਡਿੱਗੇ ਫਿਰ ਟੁੱਟ ਜਾਂਦਾ ਹੁੰਦਾ ਲਓ ਜੀ ਸਪਰੇ ਆਪਾਂ ਮਾਰਤੀ ਟਾਇਰ ਅੱਗੇ ਨਾਲੋਂ ਬਾਹਲੇ ਕਾਲੇ ਹੋ ਗਏ ਪਰ ਉਹਨੇ ਸਾਫ਼ ਵਾਲੇ ਨਹੀਂ ਹੋਏ ਕਿ ਚੱਜ ਨਾਲ ਨਹੀਂ ਮਾਰੀ ਯਾਰ ਸਾਡਾ ਬਾਕੀ ਅੱਗੇ ਨਾਲੋਂ ਤਾਂ ਵਧੀਆ ਹੋ ਗਏ ਯਾਰ ਚੱਲਦੇ ਵਾਲੇ ਘੈਂਟ ਲਾ ਚਲਾਈ ਮਾੜਾ ਜਿਹਾ ਤੱਕ ਚਲਾਈ ਹੌਲੀ ਚਲਾਈ ਐਦਾ ਚਲਾ ਲਾ ਤੇਜ਼ ਇੰਨੀ ਹੌਲੀ ਵੀ ਨਹੀਂ ਹੋਰ ਤੇਜ਼ ਬਸ ਹਾਂ ਹਾਂ ਘੈਂਟ ਲਾ ਮੈਂ ਤਾਂ ਪੂਰਾ ਸੰਤੁਸ਼ਟ ਹਾਂ ਅਤੇ ਕਾਫ਼ੀ ਸਰ ਜਿਹੜੇ ਯੂਟਿਊਬ ਦੇ ਸਾਰੇ ਕਮੈਂਟ ਨੇ ਸਾਰੇ ਸਰਾ ਸਰਾ ਵਾਲੇ ਨੇ ਇੰਸਟਾਗ੍ਰਾਮ ਦੇ ਇਹਨਾਂ ਨੇ ਕਿਹਾ ਵੀ ਸਿਲਵਰ ਪਾਉਣੇ ਸੀਗੇ ਪਰ ਫਿਰ ਮੈਂ ਦੱਸ ਦਿੱਤੀ ਕਿ ਸਿਲਵਰ ਦੀ ਮਜਬੂਰੀ ਜਿਹੜੇ ਆਪਾਂ ਨੂੰ ਪਤਾ ਨਹੀਂ ਮਿਲਦੇ ਸੀ ਆਪਾਂ ਉਹ ਨਹੀਂ ਪਾਉਣੇ ਅਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਖੰਨੇ ਠੀਕ ਹੈ ਹਾਰਨ ਨਹੀਂ ਚੱਲਦਾ ਹਾਰਨ ਵੀ ਆਈ ਦੇਖੋ ਇੱਕ ਪਾਸੇ ਹੀ ਚੱਲਦਾ ਬਸ ਕਰ ਖਾਸੀ ਉੱਚੀ ਇਹ ਵੀ ਤਿੱਖਾ ਜਿਹਾ ਤੁਹਾਡਾ ਦੂਜਾ ਪਾਸਾ ਟਿਊਨ ਨਹੀਂ ਬਣਾਉਂਦਾ ਯਾਰ ਉੱਚੀ ਦੀ ਗੱਲ ਨਹੀਂ ਟਿਊਨ ਬਣਦੀ ਆ ਦੋਨਾਂ ਨਾਲ ਮਿਲ ਕੇ ਹੁਣ ਆਪਾਂ ਹਾਰਨ ਨਾ ਇਹ ਨਵੀਂ ਲਵਾਵਾਂਗੇ ਜੇ ਲਵਾਵਾਂਗੇ ਕਿਉਂਕਿ ਸਹੀ ਨਹੀਂ ਕਰਾਉਣਾ
ਇਹਦੇ 500 ਰੁਪਏ ਹਰੇਕ ਵਾਰ ਲਾ ਜਾਂਦਾ ਇਹਨਾਂ ਨੂੰ ਤਾਂ ਜੇ 3-4 ਵਾਰ ਤਾਂ ਸਹੀ ਕਰਾ ਲਿਆ ਇਹ ਪਰ ਐਤਕੀ ਲੰਬਾ ਲੰਘਿਆ ਦੀ ਅੱਜ ਨਹੀਂ ਲੈਣੇ ਅੱਜ ਮੈਂ ਕੁਛ ਹੋਰ ਸੋਚਿਆ ਅਜੀ ਬਰੋ ਟੇੜਾ ਖੜਦੇ ਆ ਲਓ ਜੀ ਇਹਦਾ ਮਿਲਖਾ ਤਿਆਰ ਕੀਤਾ ਨਹੀਂ ਮਿਲਕ ਨੇ ਮਾਡਲ ਵੀ ਤਿਆਰ ਕਰ ਲੈਣਾ ਆਪਦਾ ਮੋਟਰ ਲੈ ਕੇ ਆਉਂਦਾ ਆਪਾਂ ਵੀ ਐਡ ਹੋਵੇ ਬਲੈਕ ਨਹੀਂ ਤਿਆਰ ਹੁੰਦਾ ਕਿਉਂਕਿ ਬਲੈਕ ਆ ਗਿਆ ਮਾਸੀ ਕੋਲ ਆਪਾਂ ਉੱਥੇ ਬਹਿ ਜਾਂਦੇ ਜਾ ਕੇ ਲਓ ਜੀ ਕੱਪੜੇ ਪਾ ਆਇਆ ਮਾਡਲ ਇਹਨੂੰ ਕਿਹਾ ਦੀ ਵੀ ਆਈ ਆ ਜਾਂ ਫਿਰ ਤਿਆਰ ਹੋਣ ਲੱਗ ਜਾ ਸਾਹਮਣ ਲੇਟ ਆਇਆ ਚਲੋ ਚੱਲੀਏ ਫਿਰ ਆਜੋ ਬੈਠੋ 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 ਤੇ ਲੋ ਜੀ ਅਸੀਂ ਆ ਕੇ ਦੁਕਾਨ ਤੇ ਆਪਣੀ ਦੁਕਾਨ ਤੇ ਆਪਣੀ ਦੁਕਾਨ ਆ ਗਏ ਤੋਂ ਜਦ ਜੀ ਆਉਂਦੇ ਆ ਅਸੀਂ ਹਮੇਸ਼ਾ ਜਦ ਵੀ ਕੋਈ ਆਉਂਦੇ ਆ ਉਰੇ ਹੀ ਆਉਂਦੇ ਆ ਮਿਲਣ ਲਈ ਤਾਂ ਸਭ ਤੋਂ ਬੈਸਟ ਦੁਕਾਨ ਮਿਲ ਗਈ ਹੋਏ ਮੈਂ ਐਂ ਬੈਠਾ ਸੀਗਾ ਮਾਰ ਕੇ ਮੇਰੇ ਲੱਤ ਮੇਰੇ ਪੈਰ ਇੱਧਰ ਮਰ ਗਏ ਨਾ ਪਰਾਂ ਹੋ ਆਹ ਵਾ ਕਰੇ ਬਹਿ ਗਿਆ ਬਈ ਬਾਹਲੀ ਗਰਮ ਹਵਾ ਇੰਨੀ ਚੱਲਦੀ ਆ ਪਰ ਗਰਮੀ ਵੀ ਉਨੀ ਹੋਣਾ ਬਲਿੰਕਿੰਗ ਵਾਸਤੇ ਅੱਡ ਮੋੜਦਾ ਆ ਉਹਨਾਂ ਚ ਘੈਂਟ ਲਾ ਅੱਛਾ ਅੱਛਾ ਠੀਕ ਆ ਖੜ ਜਾਂਦੀ ਉਹ ਲੋਅ ਡਾਊਨ ਵੀ ਹੁੰਦੀ ਉਹ ਨਾ ਬਾਕੀ ਖਾਨੀ ਅੱਜ ਉਹ ਆਉਣਾ ਤੇ ਅੱਜ ਤਾਂ ਮੋਡੀਫਿਕੇਸ਼ਨ ਬਹੁਤ ਹੋ ਰਹੀ ਆ ਮੋਟਰਾਂ ਨੇ ਬਹੁਤ ਆਪਣਾ ਨੰਬਰ ਪਤਾ ਨਹੀਂ ਕਦ ਤੱਕ ਆਊ ਖਰਚੇ ਤਾਂ ਕਟਾਈ ਨਹੀਂ ਤੇ ਮਿਲ ਕੇ ਇਹਨੂੰ ਇੱਕ ਗੁੱਡੀ ਪਸੰਦ ਆ ਗਈ ਆਹ ਵਾਲੀ ਧੁੱਪ ਵਾਲੀ ਲੈ ਕੇ ਆਉਣੀ ਘਰੇ ਪਸੰਦ ਆ ਗਈ ਕਹਿੰਦਾ ਲੈ ਜਾਵਾਂਗੇ ਚਲੋ ਜੀ ਹੁਣ ਸਾਨੂੰ ਮਿਲ ਗਈ ਚਾਹ ਤੇ ਚਾਹ ਪੀ ਕੇ ਫਿਰ ਮਿਲਦੇ ਹਾਂ ਸਾਡਾ ਕੰਮ ਸਟਾਰਟ ਤਾਂ ਨਹੀਂ ਹੋਇਆ ਤੇ ਬਾਕੀ ਦੁਕਾਨ ਤੇ ਪਹੁੰਚੋ ਸਾਨੂੰ ਅੱਧਾ ਘੰਟਾ ਹੋ ਗਿਆ ਪਰ ਇੰਨੀ ਜ਼ਿਆਦਾ ਭੀੜ ਆ ਨਾ ਵੀ ਹਾਲੇ ਤੱਕ ਤਾਂ ਕੰਮ ਸਟਾਰਟ ਨਹੀਂ ਹੋਇਆ ਬਾਕੀ ਮੈਂ ਕਿਹਾ ਵੀ ਨਹੀਂ ਕਿਉਂਕਿ ਜਿਹੜੇ ਹੋਰ ਪਤਾ ਪਹਿਲਾਂ ਆਏ ਹੋਏ ਨੇ ਉਹ ਆਪਾਂ ਤੋਂ ਪਹਿਲਾਂ ਹੀ ਕੰਮ ਕਰਾਉਣਗੇ ਤਾਂ ਵਧੀਆ ਲੱਗੂ ਐਂ ਫਿਰ ਕਿਸੇ ਨਾਲ ਟਰੱਸਟ ਉਹ ਹੋ ਜੂਗਾ ਜੇ ਆਪਾਂ ਪਹਿਲਾਂ ਕੰਮ ਕਰਾ ਲਿਆ ਤਾਂ ਅਗਲੇ ਨੂੰ ਬੁਰਾ ਲੱਗੂ ਵੀ ਯਾਰ ਅਸੀਂ ਬਾਅਦ ਅਸੀਂ ਤੋਂ ਬਾਅਦ 'ਚੋਂ ਆਇਆ ਆਪਾਂ ਕੀ ਕਰਨਾ ਜੀ ਨੰਬਰ ਪਲੇਟ ਆ ਇਹ ਨਾ ਆਪਾਂ ਹੀ ਲਾ ਦੇਣੀ ਆ ਜੀ ਥਾਂ 'ਤੇ ਬਸ ਸੇਮ ਇਹੋ ਜਿਹੀ ਬਣਾਉਣੀ ਉਹ 'ਚ ਲਾਈਟ ਮੱਚਦੀ ਹੋਵੇ ਪਹਿਲਾਂ ਆਪਾਂ ਇਹ ਕਰਾਉਣਾ ਇਹ ਕਰਾ ਕੇ ਫਿਰ ਦੇਖਾਂਗੇ ਆਪਾਂ ਟੈਂਕੀ ਵਾਲਾ ਕੰਮ ਪਹਿਲਾਂ ਕੰਮ ਆਪਾਂ ਇਹ ਕਰਾਉਣਾ ਬਸ ਵੀ ਆਹ ਲਾਈਟ ਵਾਲੀ ਨੰਬਰ ਪਲੇਟ ਨੇਮ ਪਲੇਟ ਲਾਈਟ ਵਾਲੀ ਬਣਵਾਉਣੀ ਆ ਠੀਕ ਆ ਜੀ ਆਪਾਂ ਜਾ ਜਾਓ ਆਪਾਂ ਜਾ ਦੇਖੋ ਉਹ ਬੈਠੇ ਬੈਠੇ ਬੋਰ ਹੋ ਗਏ ਕਹਿੰਦੇ ਸੀ ਮਾੜਾ ਜਿਹਾ ਪੈਂਟ ਪੁੰਟ ਲੈ ਕੇ ਆਉਣੀ ਆ ਉਹ ਜਾਨੂੰ ਲੈ ਆਓ ਜਾਨੂੰ ਪਰੋਂ ਬਹਿ ਜਾਂਦਾ ਮੈਂ ਉਹਦੇ ਚਲੇ ਗਏ ਤੇ ਐਂ ਕਿ ਮੈਂ ਸੋਚਿਆ ਸੀਗਾ ਵੀ ਬਾਅਦ ਨਾਲ ਆਪਾਂ ਕੁਛ ਹੋਰ ਚੇਂਜ ਕਰਾ ਜੀ ਦੇਖੋ ਧਿਆਨ ਰੱਖਦਾ ਨੋ ਮਨੀ ਨੋ ਫਨੀ ਹੈ ਨੋ ਮਨੀ ਨੋ ਫਨੀ ਮੈਨੂੰ ਵਧੀਆ ਲੱਗਿਆ ਮਤਲਬ ਇਹ ਪਰ ਇਹ ਪੁੱਠੇ ਕਿਹਨਾਂ ਨੇ ਯਾਰ ਸਾਰੇ ਪੁੱਠੇ ਕਿਹਨਾਂ ਨੇ ਵਾਸਤੇ ਨੇ ਕਿ ਚੌੜਾ ਪਤਾ ਨਹੀਂ ਹੋ ਪਤਾ ਨਹੀਂ ਅਤੇ ਇੱਕ ਹੋਰ ਚੀਜ਼ ਮੈਨੂੰ ਪਸੰਦ ਆਈ ਉਹ ਤੁਹਾਨੂੰ ਬਾਅਦ 'ਚ ਦਿਖਾਉਣਾ ਵਾਲੀ ਬਾਕੀ ਤਾਂ ਦੇਖਦੇ ਆਪਾਂ ਉਹ ਸਮੋਕ ਸ਼ਾਇਦ ਇਕੱਲੀ ਪਟਾ ਕੇ ਲਵਾ ਦਈਏ ਜੇ ਨਾ ਰੱਬ ਨਾ ਵੀ ਬਾਅਦ 'ਚ ਵਧੀਆ ਲੱਭਿਆ ਤਾਂ ਬਾਕੀ ਹੋਰ ਸਟਿੱਕਰ ਬੜੇ ਘੈਂਟ ਪੈਂਦੇ ਦੇਖੋ ਮੂਸਲ ਬਾਈ ਦੇ ਪਏ ਨੇ ਅਤੇ ਸਪਰੇਅ ਸਪਰੂ ਸਾਰਾ ਕੁਛ ਪਿਆ ਹੋਰਨ ਵਗੈਰਾ ਪਰ ਆਪਾਂ ਐਤਕੀ ਉਹ ਹੋਰਨ ਨਹੀਂ ਲਵਾਉਣਾ ਉਹ ਤਾਂ ਤੁਹਾਨੂੰ ਪਤਾ ਨੋਰਮਲ ਆਪਾਂ ਉਹ ਵਾਲਾ ਹੋਰਨ ਸੋਚਿਆ ਮੈਂ ਦੇਖਦੇ ਹਾਂ ਕਰਾਂਗੇ ਕੋਈ ਤਾਂ ਹੱਲ ਬਾਅਦ 'ਚ ਦਿਖਾਉਣਾ ਉਹਨੂੰ ਬਾਕੀ ਮੇਰੇ ਬਾਜ ਬੂਜ ਵਾਲਾ ਸਟਿੱਕਰ ਵੀ ਦੇਖ ਰਹੇ ਸਾਰੇ ਸਪਲੈਂਡਰ ਵਾਲੇ ਨੇ ਇਹ ਆਪਣੇ ਕੰਮ ਦੇ ਨਹੀਂ ਹੈਗੇ ਲਾ ਲੱਗ ਤਾਂ ਸਕਦੇ ਨੇ ਟੈਂਕੀ 'ਤੇ ਆਪਣੇ ਨੇ ਜਾਂ ਫਿਰ ਆਪਾਂ ਸਾਈਡ 'ਤੇ ਵੀ ਲਾ ਸਕਦੇ ਹਾਂ ਪਰ ਇਹ ਚੀਜ਼ ਨਹੀਂ ਆਪਾਂ ਲਾਉਣ ਲੱਗੇ ਆਪਾਂ ਕਰਾਉਣਾ ਸੀਗਾ ਉਹ ਸਮੋਕ ਸੈੱਟ ਕਰਾਉਣੀ ਸੀ ਬਾ ਇੱਕ ਆਪਾਂ ਨੰਬਰ ਪਲੇਟ ਬਣਾਉਣੀ ਸੀਗੀ ਉਹ ਦੋਨੋਂ ਕੰਮ ਕਰਦੇ ਹਾਂ ਫਿਰ ਮਿਲਦੇ ਹਾਂ ਤੁਹਾਨੂੰ ਮਤਲਬ ਉਹ ਕਿੰਨਾ ਘੈਂਟ ਆ ਸਪਲੈਂਡਰ ਵਾਸਤੇ ਆਵਾਜ਼ ਵੀ ਘੈਂਟ ਆ ਉਹ ਵੀ ਘੈਂਟ ਆ ਚਲੋ ਬਾਕੀ ਦੇਖਦੇ ਹਾਂ ਕੀ ਬਣਦਾ ਆਹ ਦੇਖੋ ਆਪਾਂ ਨੂੰ ਭਰਾ ਮਿਲਿਆ ਕੀ ਹਾਲ ਬਾਈ ਉੱਕਰ ਬੋਰਡ ਆ ਬਾਈ ਮੈਨੂੰ ਪਹਿਲਾਂ ਵੀ ਮਿਲਿਆ ਸੀ ਤੇ ਇੱਕ ਆਪਣੇ ਕਰਨ ਨੂੰ ਵੀ ਮਿਲਿਆ ਸੀ ਨਾ ਤੂੰ ਉਹਨੂੰ ਵੀ ਕਹਿੰਦਾ ਸੀ ਵੀ ਮਿਲਣਾ ਆ ਤੇ ਬਾਕੀ ਨਾ ਬੁਲਟ ਦੇਖ ਲੈ ਬਾਈ ਦਾ ਸਟੈਂਡਰ ਚਾਬੀ ਕਿੱਥੋਂ ਬਣਵਾਈ ਇਹ ਚਾਬੀ ਕਿੰਨੀ ਘੈਂਟ ਆ ਦੇਖੋ ਕੁਆਲਿਟੀ ਬੜੀ ਵਧੀਆ ਚਾਬੀ ਯਾਰ ਇਹੀ ਚਾਬੀ ਮੈਂ ਵੀ ਬਣਵਾਉਣੀ ਆ ਚੱਲਦਾ ਲਈ ਤੁਸੀਂ ਬੁਲਟ ਤਾਂ ਹੀ ਚਾਬੀ ਨਾਲ ਮਿਲ ਗਈ ਨਾ ਇਹ ਜੀ ਬਾਕੀ ਹੁਣ ਵੀ ਬ੍ਰਾਂਡ ਨਹੀਂ ਆ ਨਾਲੇ ਬਾਕੀ ਬਾਈ ਦਾ 3S ਲਾਇਆ ਪਰ ਇਹ ਵੀ ਵਧੀਆ ਲਾ ਦਨੇ ਵੈਸੇ ਜੀ ਰੀਸ ਤਾਂ ਕਰ ਲਾ ਪਤਾ ਕੀ ਗੱਲ ਆ ਮੈਂ ਤਾਂ ਚੱਲ ਤਾਂ ਪਵਾ ਲੈਣਾ ਆਪਣੇ ਤਾਂ ਸਬਸਕ੍ਰਾਈਬਰ ਨੇ ਜੇ ਤੈਨੂੰ ਸਹੀ ਲੱਗਦਾ ਫਿਰ ਪੈਸੇ ਨਾ ਖਰਾਬ ਕਰੀ ਮੈਂ ਮਰੇਲ ਕੋਟ ਨੇ ਪਵਾ ਲੈ ਬਾਕੀ ਬਾਈ ਫੈਨ ਆਪਣਾ ਬੜਾ ਵਧੀਆ ਤਕੜਾ ਬਾਈ ਭਰਾ ਹੀ ਆਪਣਾ ਬੜਾ ਘੈਂਟ ਬੰਦਾ ਆ ਹੋਰ ਠੀਕ ਠਾਕ ਚਾਹ ਪਾਣੀ ਦੇਖੋ ਬਾਈ ਕਹਿੰਦਾ ਵੀ ਉਹੋ ਜਿਹੀ ਲਾਇਆ ਵੀ ਲਪਾਉਣਾ ਜਾਂ ਕੁਛ ਮਰਜ਼ੀ ਹੋ ਜਾਏ ਮੈਂ ਤਾਂ ਇਹ ਕਿਹਾ ਬਾਈ ਨੂੰ ਵੀ ਪੈਸੇ ਨਾ ਖਰਾਬ ਕਰੋ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਪਵਾ ਲਿਓ ਵੀ ਮਤਲਬ ਵੈਸੇ ਤਾਂ ਇਹ ਵੀ ਸਹੀ ਲੱਗਦੇ ਨੇ ਚੱਲ ਬਸ ਚੱਲ ਠੀਕ ਆ ਤੇਲ ਨਹੀਂ ਬੜਕ ਦੇ ਆਹ ਹਾਂ ਹਾਂ ਸਰਾ ਹੀ ਕਰਾਇਆ ਹੋਇਆ ਬਾਕੀ ਘੈਂਟ ਕ੍ਰਿਸਪ ਆਵਾਜ਼ ਆ ਆਪਣੇ ਯਾਰ ਹਾਰਨ ਖਰਾਬ ਹੋ ਗਿਆ ਇੱਕ ਨਾ ਨਾ ਪਤਾ ਨਹੀਂ ਬਾਕੀ
ਬਾਕੀ ਦੇਖੋ ਬਾਈ ਨੇ ਤੇਰਾ ਕਰਾਇਆ ਪਿਆ ਸਰਵਿਸ ਕਰਾਈ ਹੁਣ ਭੱਜਦਾ ਵੀ ਬਹੁਤ ਆ ਪਹਿਲਾਂ ਭੱਜਦਾ ਹੀ ਨਹੀਂ ਸੀ ਉਹ ਭੱਜਦਾ ਹੁਣ ਉਹ ਕਰਵਟ ਜਾਊਗਾ ਚਲੋ ਵਧੀਆ ਵਧੀਆ ਆ ਬੱਡੋਂ ਵੀ ਫੜ ਕੇ ਜੀ ਖਾ ਕੇ ਤੁਸੀਂ ਕਿਹੜਾ ਦੱਸਣਾ ਯਾਰ ਨਾ ਤਾਂ ਨਹੀਂ ਮੈਂ ਕਿਹਾ ਖਾ ਕੇ ਆਉ ਪੱਕਾ ਪੁੱਛਦਾ ਕਿਉਂ ਸੋਹਣੀ ਉਹ ਇਹ ਹੈਗੀ ਆ ਵੀਰੇ 1,000 ਰੁਪਏ ਦੀ ਵੱਧੋ ਵੱਧ ਜਾਂ 600-700 ਸਿੰਪਲ ਹੈਗੀ ਆ 200 ਦੀ ਯਾਰ 1,000 ਰੁਪਏ ਦੀ ਹੋਊ 200 ਦੀ ਆ ਸਿੰਪਲ ਆ 800 ਦੀ ਹੋਊ ਕਿੰਨੇ ਦੀ ਆ ਜੀਕੇ ਦੀ ਆ ਹਲੋ ਜਸ ਕੈਨੇਡੀ ਮਿਲਕ ਹੈ 1,000 ਦੀ ਵਾ ਤੁਹਾਨੂੰ ਪਤਾ ਤੁਸੀਂ ਇੰਨੇ ਵਾਰ ਰੜ ਕੇ ਆਓਗੇ ਠੀਕ ਆ ਜਲੂਸ ਕੱਢਣਾ ਕੱਢੀ ਜਾਣਾ ਕਟਿੰਗ ਕੀਤੀ ਆ ਅੱਖਰਾਂ ਨੇ ਵਿੱਚ ਨੀ ਕੀਤੀ ਉੱਪਰ ਉੱਪਰ ਕੀਤੀ ਵਿੱਚ ਸਾਰਿਆਂ ਕੀ ਬਾਉਂਡਰੀ ਦੇ ਵਿੱਚੋਂ ਲਾਈਟ ਦਿਖੂਗੀ ਬਾਕੀ ਹੁਣ ਲਾ ਕੇ ਪਤਾ ਲੱਗੂ ਕਿਹੋ ਜਿਹੀ ਲੱਗਦੀ ਆ ਫਿਲਹਾਲ ਤਾਂ ਦੇਖੋ ਬਲੈਕ ਬਲੈਕ ਜਾਂ ਲੱਗਦਾ ਸਹੀ ਆ ਬਾਕੀ ਉਹ ਇੱਕ ਮੁੰਡਾ ਕਹਿੰਦਾ ਵੀ ਬਲੈਕ ਰੂਮ ਬਣਾਉਣੀ ਸੀਗੀ ਮੈਂ ਕਿਹਾ ਵਾਈਟ ਵੀ ਠੀਕ ਲਾ ਦਈਏ ਹੁਣ ਵਾਈਟ ਨਹੀਂ ਲਾ ਗਈ ਆ ਹਾਂ ਬਲੈਕ ਬਣਾਉਣੀ ਬੜਾ ਪਹਿਲੇ ਵਿੱਚ ਕੱਟ ਕਰ ਦਾਂਗੇ ਹਾਂ ਕੋਈ ਨਹੀਂ ਕਰ ਦਿੰਦੇ ਇਹ ਕੱਟ ਮੈਂ ਕਰਾਂਗੇ ਫਿਰ ਮਰੇਗਾ ਬਾਕੀ ਆ ਤਾਂ ਲੱਗ ਹੀ ਤੇ ਦੇਖ ਸਕਦੇ ਹਾਂ ਘੈਂਟ ਲੱਗ ਰਹੀ ਆ ਫਿਲਹਾਲ ਤਾਂ ਭਾਈ ਦੋਨੋਂ ਹੀ ਲੈ ਲਈਏ ਗ੍ਰੀਨ ਵੀ ਲੈਣੀ ਵਾਈਟ ਇੱਕ ਭਾਈ ਆ ਇਹਨੂੰ ਇਹਨੂੰ ਆਹ ਕਾਲੀ ਹੈ ਨਾ ਇਹ ਹਾਲ ਬਿੱਟ ਕਰ ਬਾਕੀ ਭਾਅ ਨੂੰ ਸਮੋਕ ਕਰਨ ਦੀ ਬਾਈ ਨੇ ਮੈਨੂੰ ਹਾਰਨ ਦਿਖਾਇਆ ਦੇਖੋ ਇਹ ਰੂਟਸ ਨਹੀਂ ਹੈਗੇ ਰੂਟਸ ਦੀ ਕਾਪੀ ਆ ਪਰ ਅਤੇ ਰੂਟਸ ਜਿਹਨੂੰ ਜਿਹੜੇ ਨਹੀਂ ਰੂਟਸ ਲਵਾਉਣਾ ਚਾਹੁੰਦੇ ਜਿਵੇਂ ਰੂਟਸ ਤਾਂ ਪੈਂਦੇ ਨੇ 2,500-2,200 ਦੇ ਨੇੜੇ ਤੇੜੇ ਪੈਂਦੇ ਨੇ ਫਿਟਿੰਗ ਫੁਟਿੰਗ ਕਰਾ ਕੇ ਹੁਣ ਤਾਂ ਉਹ ਸ਼ਾਇਦ 1900 ਦੇ ਹੀ ਬਣ ਜਾਂਦੇ ਨੇ ਬਾਕੀ ਅੱਜ ਦਾ ਕੀ ਰੇਟ ਆ ਵੀਰੇ 800 ਰੁਪਏ ਪ੍ਰਦੀਪ ਬਾਈ ਕਰਕੇ ਬਾਕੀ ਜੇ ਤੁਸੀਂ ਆਹ ਵਾਲਾ ਲਵਾਉਣਾ ਬਾਕੀ ਇਹਦੀ ਆਵਾਜ਼ ਵੀ ਕਹਿੰਦੇ ਵਧੀਆ ਹੀ ਆ ਬਾਕੀ ਤੁਸੀਂ ਸੁਣ ਲਿਓ ਆ ਕੇ ਜੇ ਤੁਸੀਂ ਹਾਰਨ ਲਵਾਉਣਾ ਚਾਹੁੰਦੇ ਹੋ ਫਿਰ ਬਾਈ ਕੋਲ ਆ ਕੇ ਲਵਾ ਜਿਓ 800 ਰੁਪਏ ਮੇਰਾ ਨਾਂ ਲੈ ਰਿਹਾ ਤਾਂ ਮਿਲ ਜਾਣਗੇ ਅੱਜ ਪੰਗਾ ਆਇਆ ਅੱਜ ਵੀਡੀਓ ਲੇਟ ਵੀਡੀਓ ਕੱਲ੍ਹ ਆਉਣੀ ਹੈ ਨਾ ਠੀਕ ਆ ਅਤੇ ਬੀਕੇ ਗ੍ਰਾਫਿਕਸ 'ਤੇ ਆ ਕੇ ਆਹ ਨੰਬਰ 'ਤੇ ਜਾਏ ਫੋਨ ਕਰਕੇ ਪੁੱਛ ਲਿਓ ਯਾਨੀ ਉਰੇ ਆ ਜਾਓ ਬੀਕੇ ਗ੍ਰਾਫਿਕਸ 'ਤੇ ਤੁਹਾਨੂੰ ਚੀਜ਼ ਹਰ ਇੱਕ ਘੈਂਟ ਜਾਇਜ਼ ਰੇਟ 'ਤੇ ਮਿਲ ਜਾਊਗੀ ਹਰ ਇੱਕ ਚੀਜ਼ ਬਾਕੀ ਥੋੜ੍ਹੀ ਸਮੋਕ ਦੇ ਸਮੋਕ ਆ ਮੈਟਰ ਲੈ ਕੇ ਹੋ ਗਈ ਮਿਲ ਕੇ ਕਹਿੰਦਾ ਕਿਵੇਂ ਲੱਗਿਆ ਕਹਿੰਦਾ ਬਾਹਲਾ ਹੀ ਬੰਬ ਲੱਗ ਰਿਹਾ ਹੁਣ ਬਾਕੀ ਦਾ ਪਤਾ ਲੱਗੂਗਾ ਸਾਰਾ ਲਾ ਕੇ ਵੀ ਕਿਹੋ ਜਿਹਾ ਲੱਗਦਾ ਬਾਕੀ ਆਹ ਤਾਂ ਆਪਾਂ ਕਰਾ ਲਿਆ ਹੁਣ ਤੁਹਾਨੂੰ ਬਾਕੀ ਬਾਅਦ 'ਚ ਘਰੇ ਆ ਕੇ ਦਿਖਾਉਂਦੇ ਮੈਨੂੰ ਤਾਂ ਘੈਂਟ ਲੱਗਿਆ ਹਾਲੇ ਤਾਂ ਚਲੋ ਜੀ ਆਪਾਂ ਇੱਕ ਹੂਟਰ ਲੈ ਲਿਆ ਇੱਕ ਆਪਾਂ ਆਹ ਵਾਲਾ ਸਟਿੱਕਰ ਲਿਆ ਜਿਹੜਾ ਬਾਹਲਾ ਵਧੀਆ ਲੱਗ ਰਿਹਾ ਮੈਨੂੰ ਦੇਖਾਂਗੇ ਕਿਤਨਾ ਕਿਤੇ ਕਿਤੇ ਲਾਉਣ ਲੱਗਿਆ ਤਾਂ ਲਾ ਲਾਂਗੇ ਪਾਲਾ ਚੋ ਪਾਲਾ ਹੂਟਰ ਦੀ ਕੁਆਲਿਟੀ ਬੜੀ ਘੈਂਟ ਆ ਬਾਕੀ ਇਹ ਤੁਸੀਂ ਤੁਹਾਨੂੰ ਇਹ ਚੀਜ਼ ਚਾਹੀਦੀ ਹੁੰਦੀ ਆ ਹਾਰਨ ਵਗੈਰਾ ਲਾਈਟ ਵਗੈਰਾ ਸਟਿੱਕਰ ਵਗੈਰਾ ਮੋਟੀਵੇਸ਼ਨ ਦੀ ਹਰੇਕ ਚੀਜ਼ ਤੁਹਾਨੂੰ ਪਤਾ ਹੀ ਹੈ ਮੈਂ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰ ਨੂੰ ਪਤਾ ਹੀ ਆ ਹਮੇਸ਼ਾ ਹੀ ਉਰੇ ਆਉਂਦੇ ਹੁੰਦਾ ਸੋ ਉਰੇ ਆ ਕੇ ਤੁਸੀਂ ਕਰਾ ਸਕਦੇ ਹੋ ਬੀਕੇ ਗ੍ਰਾਫਿਕਸ ਤੋਂ ਆਪਣਾ ਮੋਬਾਈਲ ਨੰਬਰ ਆ ਕੁਛ ਵੀ ਤੁਹਾਨੂੰ ਵੀ ਚਾਹੀਦਾ ਹੋਇਆ ਕੁਛ ਵੀ ਤਾਂ ਬਾਈ ਕੋਲ ਆ ਜਾਓ ਹਾਰਨ ਵਗੈਰਾ ਸਭ ਕੁਛ ਤੁਹਾਨੂੰ ਸਸਤੇ ਰੇਟ 'ਤੇ ਮਿਲ ਜੂ ਮੇਰਾ ਨਾਂ ਲਓਗੇ ਜਦੋਂ ਤਾਂ
ਖੰਨੇ ਅਮਲੋਹ ਰੋਡ ਤੇ ਆਏ ਤੇ ਬਾਈ ਦੀ ਦੁਕਾਨ ਆ ਕਹਾ ਬਾਈ ਉਹਨਾਂ ਦੀ ਵਾ ਤੇ ਹੈਗੇ ਵਿੱਕੀ ਗ੍ਰਾਫਿਕਸ ਇੱਥੋਂ ਆਪਾਂ ਆਹ ਕਰਾਈ ਜਿਹੜੀ ਲਾਈਟ ਵਾਲੀ ਆ ਦੇਖੋ ਤੁਸੀਂ ਘੈਂਟ ਲਾ ਦੀ ਆ ਤੇ ਬਾਕੀ ਬਾਈ ਨੂੰ ਫੋਨ ਇਹਨਾਂ ਨੂੰ ਫੋਨ ਕਰਕੇ ਪੁੱਛਾ ਦਿਆਂ ਵੀ ਕਿੰਨੇ ਦੀ ਕਿਵੇਂ ਆ ਤੇ ਆਹ ਬਾਈ ਕੋਲੇ ਆ ਜਾ ਆਪਣੇ ਕੋਲ ਠੀਕ ਹੈ ਓਕੇ ਵੀਰੇ ਓਕੇ ਬਾਈ ਕੋਈ ਵੀ ਚੀਜ਼ ਚਾਹੀਦੀ ਆ ਵੀਰੇ ਕੋਲ ਆ ਕੇ ਇਹਨਾਂ ਨੂੰ ਮਿਲ ਜਾਓ ਬਸ ਤੁਹਾਨੂੰ ਸਭ ਕੁਝ ਦੱਸ ਦੇਣਗੇ ਠੀਕ ਹੈ ਜੀ ਓਕੇ ਥੈਂਕ ਯੂ बाकी टेंशन लाओ जो जी नहीं पसंद आती कमेंट करके दस दया करो आप चेंज कर लेंगे जिवें हुण पिछली बार चुप्पू आज ही पसंद नहीं आई थी तो मैं सर मैंने साइड तो बाली घेंट ला दी पर मूहरों नहीं होनी घेंट लग रही मूहरों मैं लाइट छोटी लगन लग गई यार बाकी तुम कमेंट करके दसो जिमें कहोगे उमें कर लेंगे चलो जी कम कुम करा के आ गए जिते उसे पहुंच गए जिते अं कल खादा दिखो हम सोचते हैं कि खाइए परसों नहीं कल आए बलाओ मतलब कि अच्छे बुलाओ उ लड़ने तैयार हो गए दी अभी देखो बर्गर पिज्जा खाना थी फिर जूस पहले शेक पी लिया वो स्वाद लगे फिर जूस पीता जूस होर भी स्वाद लगे जो भी बच गए तो दस रुपए भाई को है नहीं दस ओरियो देता मैं लड़ांगे एक ओरियो और दे रुपये वैसे चलो जी हम अं जा रहे घर तो रूपुर हो गया सब्जी लैन वास्ते तो मैं एक चीज़ नोटिस की देखो अपना टायर है जो देखो इन्ना इन्ना क्या अपनी पॉलिश मारी हुई है वह असर देख लो उत्थे नहीं मारी हुई तो इतने फिर मारी हुई इतने ना अच्छ डंडे करके रह गई देख जूपू पॉलिस मारी फर्क देख और उत्तर माड़ी डंडे करके रही हुई है इन्ना फिका ही लगना टायर हूँ गुड़ा गुड़ा लगता चलो जी हूँ मैं घर पहुँच गया हम इधर आया मैं चलो जो ब्लॉग एंड करना थोड़ा सारा कुछ दस के करा तो देखो जी सब तो पहले मेन आप कम तो ही करे भी जो नेम प्लेट है जी अपनी हो जाए लाइट लग जाए तो लाइट लग गई मैं सोचा से वधिया लगू भी आप काले रंग की करा लेंगे भी सारे ब्लैक कंडीशन तो करना ही है ना भी वो चिट्टे रंग की लाइट मचू फिर बाइक कहना नहीं जहजी हैगी करा लो बिच लाइट मच जूगी बाउंड्री बाउंड्री तो देख सकते हो तो वैसे लगता बहुत वधिया रही है बस एक भी थोड़ा चौरस जहा लग रहा है थोड़ा गोल गोल होना चाहिए सी आप माड़ी जी टेप गोल भी करा सकते हैं या फिर अपने सारी ब्लैक करा सकते हैं कल अखर अखर मची जाएंगे तो दस कमेंट करके भी एवं ठीक ला दिए कि होर कुछ चेंज करिए या फिर ब्लैक रंग की बनाइए ब्लैक रंग की बनाइए या फिर किमें भी तो बाकी हिलाल लिए तो वधिया लग रही है माड़ी नहीं लगती देखो घंट ला दी पर चलान आए थोड़ा पता जमें नंबर थोड़ी नहीं होगी तो गलत आता वैसे नंबर प्लेट मेरे को बच्चे पई है पर अपना वीडियो बना लेनी है उस बाद दोबारा अपनी सरकारी नंबर प्लेट है जी हाई सिक्योरिटी उही ला देनी है पिछे मूहरे भी सो वैसे तक होर भी अपन कम से जिमें कि अज आप उरे भी स्टिकर स्टूकर कोई वधिया बनवा के लाना सीगा नाले ढक्कण जिहा लग लिया तो नाले वधिया लाया वैसे मैं वैसे ही चक्के ला लिया उरों इहदा उहदा प्याज यार मोई च पका लिया ये आप ऊनी वैसे ही लाया पर मैं तुसीं देख लिया तो होर एक आपां जिहड़ा आह चीज़ कड़ा ब्लैक कराया ना पिछली बार आपां दूजा कराया सीगा मैटरिंग सी कराया तिलकणा तिलकणा कराया सी ते पिछली बार आह भी लाइन नहीं सी कराई आपां सीधी ऐ सारी करा दी सीगी तो वह वधिया नहीं सी लग रहा तो ऐसा मैट कला क्योंकि काफ़ी कमेंट आए ना अपन भी तुम ब्लैक लाइव लगवाए ने तो ब्लैक आह करा लो भी फुल जचूगा तो मैं चलो करा के देख लेंगे जचू तो रख लेंगे तो जो मैं कराया हूँ देखो पूरा घेंट लगा देखो कितना घेंट लगा कि घेंट फिनिशिंग आई है तो नाले ए खड़दला जा मतलब कि पूरा घेंट लग रहा नाले अपने लाइव मैच भी हो गया तो शायद पहले पहला किसी ना पसंद आता हो सब पसंद आ भी गया हो कुछ कह नहीं सकते पक्का नहीं पहला पर जब मैं लवाया उदो नहीं पसंद आया पर हूँ मैंने यह फिलहाल तो वधिया लग रहा देखते हैं भी जन वधिया लगू रख लेंगे जो तुम कमेंट करोगे नहीं चलो फिर पट देंगे ये तो कोई बड़ी गल नहीं गई इन्होंने अपने लाइव व्हील ना अपना ही मैच हो गया बाकी मेरे हिसाब ना तो दो आइटमें कराई ने पूरे वधिया ने तो होर भी चीज़ा कराने एक हूटर जो तुम्हें पता वह लै आता वो दसो कमेंट करके भी कि अगली वीडियो ला दिए कि फिर लाइए उन्होंने पर तुम हम कमेंट करके दसो तो हूटर है वो घेंट क्वालिटी का पूरा तुम दिखावे ला के जे कल ला गया तो कल लावे वैसे तो मैं सोचा कुछ होर कर चलो देखते हैं किमें करना तो वैसे भी वो चीज़ भी इलीगल इलीगल है सो आप रिकमेंड तो जो बिल्कुल नहीं करते चीज़ ट्राई ना करो पर फिर आप ला के दिखावे ना एंटरटेनमेंट परपज लिए थोड़ा दिखा देंगे ला के तो फिर अभी वीडियो किमें लगी आप यार काफ़ी कम रह गए यार जिमें बस थोड़ा अगली वीडियो समय जहाँ करावे हम तो चलो फिर अभी वीडियो किमें लगी वो कमेंट करके तुम दस दौ तो वीडियो में लाइक कर दौ चैनल सबसक्राइब कर दो होर भी तकड़िया तकड़िया वीडियो हूँ घेंट घेंट वीडियो बस आन लगिया ने तो हूँ आप खासा कुछ चेंज करा जिमें कि काफ़ी चीज़ा रहनिया ने करनिया ने अपना तो चलो जी फिर मिलते हम नवे ब्लॉग तद तक ओके बाय टाटा।